ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਕੈਬਨਿਟ ਦੀ ਅੱਜ ਇੱਕ ਅਹਿਮ ਮੀਟਿੰਗ ਡੇਰਾ ਬਾਬਾ ਨਾਨਕ ਵਿਖੇ ਹੋਈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਅੱਜ ਕੈਬਨਿਟ ਦੇ ਮੰਤਰੀਆਂ ਅਤੇ ਰਾਸ਼ਟਰੀ ਹਾਈਵੇ ਦੇ ਅਧਿਕਾਰੀਆਂ ਤੋਂ ਇਲਾਵਾ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਸਥਾਨ 'ਤੇ ਗਏ, ਜਿੱਥੇ ਉਨ੍ਹਾਂ ਨੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਦੇ ਦੂਰਬੀਨ ਰਾਹੀਂ ਦਰਸ਼ਨ ਕੀਤੇ ਅਤੇ ਜ਼ੀਰੋ ਲਾਈਨ 'ਤੇ ਜਾ ਕੇ ਅਧਿਕਾਰੀਆਂ ਨਾਲ ਮੁਲਾਕਾਤ ਵੀ ਕੀਤੀ। ਇਸ ਮੌਕੇ 'ਤੇ ਉਹ BSF ਦੇ ਜਵਾਨਾਂ ਨੂੰ ਵੀ ਮਿਲੇ। ਉਨ੍ਹਾਂ ਨੇ ਸ਼੍ਰੀ ਦਰਬਾਰ ਸਾਹਿਬ ਗੁਰਦੁਆਰਾ ਡੇਰਾ ਬਾਬਾ ਨਾਨਕ ਵਿਖੇ ਮੱਥਾ ਵੀ ਟੇਕਿਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਨਾਲ ਮੀਟਿੰਗ ਵੀ ਕੀਤੀ। ਪੱਤਰਕਾਰਾਂ ਨੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗੁਰੂ ਨਾਨਕ ਦੇਵ ਜੀ ਦਾ ਸਿਆਸਤ ਤੋਂ ਉੱਠ ਕੇ ਕੀਤਾ ਜਾ ਰਿਹਾ ਸਮਾਗਮ ਹੈ, ਜਿਸ ਵਿੱਚ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਸਾਡੀ ਜਿਹੜੀ ਅੱਜ ਵਿਜ਼ਿਟ ਇਸ ਕਰਤਾਰਪੁਰ ਸਾਹਿਬ ਰੱਖੇ ਡੇਰਾ ਬਾਬਾ ਨਾਨਕ ਰੱਖਿਆ ਕਰਤਾਰਪੁਰ ਸਾਹਿਬ ਕੋਰੀਡੋਰ ਵਾਸਤੇ, ਐਂਡ ਇਹ ਜਿਹੜੀ ਅਸੀਂ ਅਹਿਮੀਅਤ ਸਮਝਦੇ ਹਾਂ, ਅਸੀਂ ਆਪਣੀ ਕੈਬਨਿਟ ਵੀ ਹੁਣੇ ਰੱਖੀ ਹੈ ਕਿਸੇ ਕਾਰਨ ਤੋਂ, ਅੱਜ ਜਿਹੜਾ ਅਸੀਂ ਪ੍ਰੋਗਰੈਸ ਦੱਸਿਆ ਨਾਲੇ ਸਾਨੂੰ ਨੈਸ਼ਨਲ ਹਾਈਵੇ ਨੇ ਔਰ ਸੈਂਟਰਲ ਗਵਰਨਮੈਂਟ ਅਤੇ ਔਰ ਸਾਡੇ ਪੰਜਾਬ ਗਵਰਨਮੈਂਟ ਅਤੇ ਅਫਸਰਾਂ ਨੇ ਸਾਨੂੰ ਬਰੀਫ ਕੀਤਾ ਵੀ ਆਰ ਵੈਰੀ ਮੱਚ ਔਨ ਟਾਈਮ। 30th October ਕੱਟ ਆਫ ਡੇਟ ਹੈ, ਲਾਸਟ ਡੇਟ, ਐਂਡ ਸਾਰਿਆਂ ਨੇ ਮੈਨੂੰ ਅਸ਼ੋਰੈਂਸ ਦਿੱਤੀ ਹੈ ਕਿ ਉਸ ਤੋਂ ਪਹਿਲਾਂ ਆਪ ਸਭ ਕੁਝ ਤਿਆਰ ਹੋ ਜਾਏਗਾ। ਸੋ ਵੀ ਆਰ ਵੈਰੀ ਹੈਪੀ ਦੈਟ ਇਸ ਤਰੀਕੇ ਨਾਲ ਕੰਮ ਚੱਲ ਰਿਹਾ। ਇਹ ਮੈਂ ਰੋਜ਼ ਹੀ ਕਹਿੰਦਾ ਕਿ ਅਸੀਂ ਮਨਾਵਾਂਗੇ, ਤੁਸੀਂ ਫਿਰ ਰੋਜ਼ ਪੁੱਛ ਲੈਂਦੇ ਹੋ। ਮੈਂ ਤੁਹਾਨੂੰ ਦੱਸਿਆ ਕਿ ਅਸੀਂ ਸ਼੍ਰੋਮਣੀ ਕਮੇਟੀ ਨੂੰ ਬੜੇ ਸਪਸ਼ਟ ਤਰੀਕੇ ਨਾਲ ਦੱਸਿਆ ਹੋਇਆ ਕਿ ਇਹ ਗੁਰੂ ਨਾਨਕ ਦੇਵ ਜੀ ਦਾ ਸਿਆਸਤ ਉੱਠ ਕੇ ਇਹ ਗੱਲ ਹੈਗੀ, ਔਰ ਅਸੀਂ ਪੂਰੀ ਸਪੋਰਟ ਉਹਨਾਂ ਨੂੰ ਕਰਨ ਨੂੰ ਤਿਆਰ ਹੈ, ਔਰ ਅਸੀਂ ਵੀ ਚਾਹੁੰਦੇ ਹਾਂ ਕਿ ਉਹ ਸਾਰੇ ਸਾਨੂੰ ਸਪੋਰਟ ਕਰਨ, ਕਿਉਂਕਿ ਇਹ ਇਹਦੇ ਵਿੱਚ ਕੋਈ ਸਿਆਸਤ ਨਹੀਂ। ਉਸ ਕਾਰਨ ਕੱਲ੍ਹ ਮੀਟਿੰਗ ਹੋਈ ਸੀ, ਸਾਡੇ ਮਿਨਿਸਟਰ ਸਾਹਿਬ ਸੁਖਜਿੰਦਰ ਰੰਧਾਵਾ ਜੀ ਗਏ ਸੀ ਉੱਥੇ, ਐਂਡ ਬੜੀ ਕੋਰਡੀਅਲੀ ਸਭ ਕੁਝ ਚੱਲ ਰਿਹਾ, ਐਂਡ ਇਹ ਜਿਹੜਾ ਪ੍ਰੋਗਰਾਮ ਬਣੇਗਾ ਅਸੀਂ ਤੁਹਾਨੂੰ ਡਿਊ ਕੋਰਸ ਦੱਸਦਾ। ਕਿਆ ਮਤਲਬ? ਹਾਂ, ਸੋ ਕੋਈ ਪ੍ਰੋਗਰਾਮ, ਇੱਕ ਪ੍ਰੋਗਰਾਮ ਵੀ ਨਹੀਂ ਹੋਇਆ ਜਦ ਤੱਕ ਸਿੱਧੂ ਸਾਹਿਬ ਨੂੰ ਤਾਂ ਗਏ ਨੂੰ ਬੜੀ ਦੇਰ ਹੋ ਗਈ ਹੈ, ਐਂਡ ਹਾਲੇ ਤਾਂ ਉਹਨਾਂ ਦੇ ਜਦ ਉਹ ਗਏ ਨੇ ਉਸ ਤੋਂ ਪਹਿਲਾਂ ਕੁਛ ਵੀ ਨਹੀਂ ਸਮਾਗਮ ਹੋਏ, ਇਹ ਤਾਂ ਹੁਣ ਹੋ ਰਹੇ ਨੇ। ਕੈਬਨਿਟ ਮੀਟਿੰਗ ਸੀ, ਅਸੀਂ ਕੈਬਨਿਟ ਉਸ ਤੋਂ ਬਾਅਦ ਸਾਡੀ ਪਹਿਲਾਂ ਬਰੀਫਿੰਗ ਹੋਈ ਹੈ, ਫਿਰ ਅਸੀਂ ਕੈਬਨਿਟ ਮੀਟਿੰਗ ਕੀਤੀ ਸੀ, ਔਰ ਅਗਲੀ ਕੈਬਨਿਟ ਮੀਟਿੰਗ ਅਸੀਂ ਬਟਾਲੇ ਰੱਖਾਂਗੇ। ਇੱਕ ਬੰਦਾ ਟੈਂਡਰ ਹੋ ਗਿਆ ਜੀ, ਕਿਹੜਾ ਕਾਲਜ ਜਾਂ ਹਸਪੀਟਲ? ਜਿੱਥੇ ਹਸਪੀਟਲ ਹੀ 2.5 ਕਰੋੜ ਰੁਪਏ ਪਹੁੰਚ ਗਿਆ, ਦੱਸ ਰਹੇ ਨੇ ਕਿ 2.5 ਕਰੋੜ ਆ ਗਿਆ, ਟੈਂਡਰ ਵੀ ਹੋ ਗਿਆ, ਅਲਾਟਮੈਂਟ ਵੀ ਅਲਾਟ ਹੋ ਗਿਆ, ਸਟਾਰਟ ਹੋ ਗਿਆ, ਅਲਾਟ ਹੋ ਗਿਆ ਟੈਂਡਰ। ਪਹਿਲਾਂ ਅੱਜ ਕਰਤਾਰਪੁਰ ਦੀ ਮੇਰੇ ਖਿਆਲ ਗੱਲ ਕਰੀਏ, ਉਹਦੇ ਬਾਅਦ 'ਚ ਪਹਿਲਾਂ ਨੂੰ ਕਰਤਾਰਪੁਰ ਸਾਹਿਬ ਦੇ ਡੇਰਾ ਬਾਬਾ ਨਾਨਕ ਦੀ ਗੱਲ ਕਰ ਲਿਓ, ਉਹਦੇ ਬਾਅਦ ਤੁਸੀਂ ਕਰ ਲਿਓ। ਦੱਸਿਆ ਗਿਆ ਕਿ ਸਟੇਟਾਂ 'ਤੇ ਇਹ ਅਸੀਂ ਛੱਡ ਰਹੇ ਹਾਂ, ਦੈਟ ਇਜ਼ ਵੋਟ ਦੀ ਨੈਸ਼ਨਲ ਗਵਰਨਮੈਂਟ ਯੂਨੀਅਨ ਗਵਰਨਮੈਂਟ ਸੈਡ। ਸੋ ਸਾਡੇ ਮਿਨਿਸਟਰ ਨੇ ਆਪਣਾ ਸਟੇਟਮੈਂਟ ਦੇ ਦਿੱਤੀ ਕਿ ਇਸ ਵੇਲੇ ਤਾਂ ਅਸੀਂ ਇਹਦੇ 'ਤੇ ਹਾਲੇ ਦੇਖਿਆ ਨਹੀਂ, ਅਸੀਂ ਜੋ ਉਹਨਾਂ ਨੇ ਕੀਤਾ ਦਿੱਲੀ 'ਚ ਲਾਗੂ ਉਹ ਅਸੀਂ ਨਹੀਂ ਕਰਾਂਗੇ। ਜਦੋਂ ਮਿਨਿਸਟਰ ਸਾਹਿਬ ਆ ਲੈ ਕੇ ਆਉਣਗੇ ਫਿਰ ਕੈਬਨਿਟ ਉਸ 'ਤੇ ਫੈਸਲਾ ਕਰ, ਗੁਰਦੁਆਰਾ ਸਾਹਿਬ 'ਚ ਆਪਣਾ ਮੱਥਾ ਟੇਕ ਸਕਦਾ। ਇਹ $25 ਪਰ ਪਰਸਨ, ਇਹ $20 ਇਹ ਸਾਡੇ ਪਰੰਪਰਾ ਦੇ ਵਿੱਚ ਨਹੀਂ ਹੈ, ਇਹ ਉਹਨਾਂ ਨੇ ਇਹ ਪਹਿਲਾਂ ਵੀ ਲੱਗਿਆ ਸੀ ਹਿੰਦੁਸਤਾਨ 'ਚ, ਔਰ ਅਕਬਰ ਨੇ ਇਹਨੂੰ ਹਟਾਇਆ ਸੀ, ਜਜ਼ੀਆ ਟੈਕਸ ਇਹਨੇ ਫਿਰ ਜਜ਼ੀਆ ਲਾਉਣ ਲੱਗ ਗਏ ਨੇ। ਵੀ ਡੋਂਟ ਅਗਰੀ ਵਿਦ ਦਿਸ, ਅਸੀਂ ਸੈਂਟਰਲ ਗਵਰਨਮੈਂਟ ਨੂੰ ਕਹਿਤਾ ਕਿ ਜਦ ਤੁਸੀਂ ਗੱਲਬਾਤ ਕਰੋਗੇ ਸਾਡੀ ਜਿਹੜੀ ਅਸੀਂ ਵਿਊ ਸਾਡੇ ਨੇ ਪੰਜਾਬ ਦੇ ਕਿ ਅਸੀਂ ਇਹਨੂੰ ਬਿਲਕੁਲ ਸਹਿਮਤ ਨਹੀਂ ਇਹਦੇ ਨਾਲ। ਦੂਜਿਆਂ ਨੂੰ ਵੀ ਲੈਣਾ ਨਾ,
This is a legal matter, sub judice matter, and I discuss it. This is norm. मैं तो ताही कह रहे हैं कि we have to be very careful. जरा पानी देखो. ये हूँ मैंने भी दुख होता है ये देख के कि इतनी देर तो सी कह रहे हैं कि महाराज का ठीक की सानू दत्ते सी आदेश पवन गुरु अवन पवन सब कुछ साडा पवन है साडी आबावा पानी पिता साडा पिता पानी है और माता धरती है साडी और आज आउंदे हुए मेरा ख्याल कोई 30-40 मैं खेत देखे ने फूकदे हुए दिस इज अनफॉर्चुनेट ये गुरपुरब का महाराज पहली पातशाही का 55वां साल है ये तो ना करो सी ये तो मेरा ख्याल आप सारे नू अपना बनाना पऊ मन कि बिल्कुल नहीं होने देना अज अपने आप हवा अपने पंजाब की सही रखनी है पानी ठीक रखना है पानी की गलत वरताव नहीं करनी